ਗੁੱਡ ਮਾਰਨਿੰਗ ਸਟੂਡੈਂਟਸ ਅੱਜ ਬੇਟਾ ਮੈਂ ਤੁਹਾਨੂੰ ਚੈਪਟਰ ਸ਼ੇਅਰ ਕਰਨ ਜਾ ਰਹੀ ਆਂ ਚੈਪਟਰ 10 ਜਿਸ ਦਾ ਚੈਪਟਰ ਹੈਗਾ ਵਾ ਲੋਕਤੰਤਰ ਦਾ ਅਰਥ ਵਿਸ਼ੇਸ਼ਤਾਈਆਂ ਤੇ ਕਿਸਮਾਂ ਇਹਦੇ ਬੇਟਾ ਨੋਟਸ ਸੈਂਡ ਕਰਨ ਜਾ ਰਹੀ ਆਂ ਲੋਕਤੰਤਰ ਬਾਰੇ ਤੁਸੀਂ ਪਲੱਸ 1 ਪਲੱਸ 2 ਤੋਂ ਹੀ ਪੜ੍ਹ ਰਹੇ ਹੋ ਕਿ ਲੋਕਤੰਤਰ ਦਾ ਕੀ ਪਾਵ ਹੈ ਔਰ ਇਸ ਦੀਆਂ ਡੈਫੀਨਿਸ਼ਨ ਵਿਸ਼ੇਸ਼ਤਾਈਆਂ ਤੇ ਇਹਦੇ ਵਿੱਚ ਜਸਟ ਇੱਕ ਨਵਾਂ ਟੌਪਿਕ ਐਡ ਹੋਇਆ ਕਿ ਇਸ ਕਿਹੜੇ ਟਾਈਪੀਆਂ ਲੋਕਤੰਤਰ ਵਗੈਰਾ ਹੋ ਸਕਦਾ ਹੈ ਕਿ ਕਿਸਮਾਂ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਇੰਪੋਰਟੈਂਟ ਇਹਦੇ ਵਿੱਚ ਹੈ ਸਮਝਾ ਠੀਕ ਹੈ ਬੇਟਾ ਇਹ ਫਰਸਟ ਕੁਐਸਚਨ ਅਟੈਂਟ ਹੋ ਗਿਆ ਕਿ ਲੋਕਤੰਤਰ ਦਾ ਮਤਲਬ ਕੀ ਹੈ ਡੈਫੀਨੇਸ਼ਨ ਅਤੇ ਵਿਸ਼ੇਸ਼ਤਾਈਆਂ ਨੈਕਸਟ ਕੁਐਸਚਨ ਸਟਾਰਟ ਹੋਏਗਾ ਤੁਹਾਡਾ ਨੈਕਸਟ ਕੁਐਸਚਨ ਤੁਹਾਡਾ ਆ ਸਕਦਾ ਹੈ ਕਿ ਲੋਕਤੰਤਰ ਤੋਂ ਕੀ ਭਾਵ ਹੈ ਇਸ ਦੀ ਡੈਫੀਨੇਸ਼ਨ ਦੱਸੋ ਤੇ ਇਸ ਦੀਆਂ ਕਿਸਮਾਂ ਦੱਸੋ ਠੀਕ ਹੈ ਜਾਂ ਤੇ ਵਿਸ਼ੇਸ਼ਤਾਈਆਂ ਪੁੱਛ ਸਕਦੇ ਨੇ ਜਾਂ ਕਿਸਮਾਂ ਜੇ ਕਿਸਮ ਦੱਸਣੀ ਹੈ ਤਾਂ ਤੁਸੀਂ ਦੱਸੋਗੇ ਉਹ ਪਤਖ ਲੋਕਤੰਤਰ ਆਪਰਤਖ ਲੋਕਤੰਤਰ ਸਾਮਾਦੀ ਲੋਕਤੰਤਰ ਪਤਖ ਲੋਕਤੰਤਰ ਜਿਵੇਂ ਸਵੀਟਰ ਚੈਲੈਂਡ ਚ ਪਾਇੰਦਾ ਸਿੱਧੇ ਲੋਕ ਬੈਠ ਕੇ ਹੀ ਉਥੇ ਵੋਟਾ ਪਾ ਕੇ ਸਿੱਧੇ ਰੂਪ ਵਿੱਚ ਆਪਣੇ ਜਿਹੜੇ ਉਮੀਦਵਾਰ ਚੁਣ ਲੈਂਦੇ ਆ ਪਰਤਖ ਲੋਕਤੰਤਰ ਜਿਵੇਂ ਇੰਡੀਆ ਵਿੱਚ ਪਾਇਆ ਜਾਂਦਾ ਪਾਪਾ ਐਮ ਐਲ ਏ ਐਮ ਪੀ ਇੰਡਾਇਰੈਕਟ ਵੀ ਨਾ ਚੁਣਦੇ ਸਾਮਾਦੀ ਲੋਕਤੰਤਰ ਜਿਵੇਂ ਚਾਈਨਾ ਰਸ਼ੀਆ ਕੋਰੀਆ ਵਿੱਚ ਪਾਇਆ ਜਾਂਦਾ ਹੈ ਠੀਕ ਤੇ ਪੂੰਜੀਵਾਦੀ ਲੋਕਤੰਤਰ ਜਿਹੜਾ ਗਾਵਾ ਜਿਵੇਂ ਕਿ ਅਮਰੀਕਾ ਇੰਗਲੈਂਡ ਵਿੱਚ ਪਾਇਆ ਜਾਂਦਾ ਛੋਟਾ ਤਾਂ ਡਾ ਬਿਡਾ ਕੰਪਲੀਟ ਤੇ ਇਹੋ ਰਿਕਵੈਸਟ ਹੈ ਬੇਟਾ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿਸ ਵੀ ਜੋ ਵੀ ਬੱਚਾ ਨੇੜੀ ਹੈ ਜ਼ਰੂਰਤਮੰਦ ਹੈ ਤੇ ਉਸ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਸ ਦਾ ਵੀ ਭਲਾ ਹੋ ਸਕੇ ਥੈਂਕਸ ਬੇਟਾ